सारे गामा कारवां इस तोहफे में हैं 5,000 सुनहरे गाने और कुछ यादें। सफलतावां मुश्किलां दे अनुपात विच ही महत्वपूर्ण होंदियां हन। सत श्री अकाल, तुसी सुन रहे हो वीकेंड क्लासिक रेडियो शो खुशबू दे नाल सारे गामा पंजाबी यूट्यूब चैनल ते। आपां हर हफ्ते पंजाबी सभ्याचार दे विरसे नू अगे वधाउण वाले कलाकारां बारे गल्लां करने हां, ते अज जिन्हां बारे ए एपिसोड है उन्हां ने भी मुश्किलां नू पार करके अपनी एक पहचान बनाई। एहो जा नाम बनाया कि जद भी लोक गायकी दी चर्चा होवे उन्हां दा जिक्र जरूर होवे। ओ जिन्हां नू लम्मी हेक दी राणी भी कहा जांदा है, गुरमीत बाबा जी। प्रोग्राम दी शुरुआत करने हां जुगनी नाल, जिस नू एना ने बहुत मशहूर किया। मुड़ के एना बारे गल्लां जारी रखांगे। तुसी सुन रहे हो वीकेंड क्लासिक रेडियो शो खुशबू दे नाल। उम्मीद करनी आ तुसी वीकेंड क्लासिक रेडियो शो दे इस एपिसोड नू इंजॉय कर रहे होगे। इस वीडियो नू जरूर लाइक करो ते अपने दोस्तां ते परिवार नाल इस एपिसोड नू शेयर करो। ओ वी ता मजे लैन ते सारे गामा पंजाबी यूट्यूब चैनल नू सब्सक्राइब करना बिल्कुल ना भुलियो। ਕਲਾਵੇ ਵਾਲਾ ਹੁੰਦਾ ਜਿਸ ਤਰ੍ਹਾਂ ਅਲੜਾ।
ਕੀ ਬੋਲਣਾ ਨਾਲ ਸਹਿਦੇ ਦੇ ਨਾ ਗਲ ਵਕੜੀ ਪਾਈ ਕਦੇ ਵੀ ਨਾਲ ਮਰਾ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਸੂਤ ਨੈਣਾ ਸਾਵੇਂ ਰਹਿੰਦੀ ਦਿਲ ਪਰ ਸੱਜਣ ਦੀ ਉੱਠਣ ਹੋਰ ਗਲੇ ਦੀ ਮਹਿਰਮ ਦੇ ਪਿਆਰਾਂ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਲੁੱਟ ਛਿਪ ਚੋਰੀ ਚੋਰੀ ਪਾਵੇ ਕੰਧ ਤੀਆਂ ਉਸੀਆਂ ਕਿੱਦਾਂ ਮੇਲ ਹੋਣਗੇ ਸੋਚੇ ਨਾਲ ਵਿਚਾਰਾਂ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਰਾਂਝਾ ਰਾਂਝਾ ਕਰਦੀ ਲਾ ਕੇ ਨਾ ਦੀਵਾਰਾਂ ਦੇ ਉਹ ਪਾਨਾ ਯਾਦ ਬੁਲਾਵੇ ਚੱਕੀ ਰਾਂਝੇ ਚਾਕਦੀ ਰਾਂਝੇ ਖਾਤਰ ਤੁਰਦੀ ਪੁੱਤੋਂ ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਗੁਰਮੀਤ ਬਾਵਾ ਜੀ ਦਾ ਜਨਮ ਹੋਇਆ 1944 ਵਿੱਚ ਸਰਦਾਰ ਉੱਤਮ ਸਿੰਘ ਘਰੇ ਬ੍ਰਿਟਿਸ਼ ਪੰਜਾਬ ਦੇ ਪਿੰਡ ਕੋਥੇ ਵਿੱਚ, ਜੋ ਅੱਜ ਗੁਰਦਾਸਪੁਰ ਡਿਸਟ੍ਰਿਕਟ ਵਿਖੇ ਹੈ। ਇਹ ਜਵਾਂ 2 ਸਾਲ ਦੇ ਸਨ ਜਦ ਇਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਗੁਰਮੀਤ ਜੀ ਬਚਪਨ ਤੋਂ ਹੀ ਟੀਚਰ ਬਣਨਾ ਚਾਹੁੰਦੇ ਸੀ, ਪਰ ਉਸ ਸਮੇਂ ਵਿੱਚ ਤਾਂ ਕੁੜੀਆਂ ਨੂੰ ਪੜ੍ਹਾਇਆ ਵੀ ਨਹੀਂ ਸੀ ਜਾਂਦਾ। ਪਰ ਕਹਿੰਦੇ ਨੇ ਨਾ, ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ, ਦ੍ਰਿੜ ਇਰਾਦੇ ਦੀ ਅਣਹੋਂਦ ਕਰਕੇ ਅਸਫਲ ਹੁੰਦੇ ਨੇ। ਪਰ ਇਹਨਾਂ ਦੇ ਇਰਾਦੇ ਪੱਕੇ ਰਹੇ ਅਤੇ ਇਹਨਾਂ ਦੇ ਪਿਤਾ ਜੀ ਨੇ ਇਹੀ ਦੇਖ ਕੇ ਜ਼ਮਾਨੇ ਦੇ ਖਿਲਾਫ ਜਾ ਕੇ ਇਹਨਾਂ ਨੂੰ ਪੜ੍ਹਾਇਆ ਅਤੇ ਜਿਵੇਂ ਚਾਹਿਆ ਸੀ ਇਹਨਾਂ ਨੇ JBT ਪਾਸ ਕੀਤੀ ਅਤੇ ਆਪਣੇ ਇਲਾਕੇ ਦੇ ਪਹਿਲੇ ਫੀਮੇਲ ਟੀਚਰ ਬਣੇ। ਇਹ ਤਾਂ ਗੱਲ ਹੋਈ ਉਸ ਪ੍ਰੋਫੈਸ਼ਨ ਦੀ ਜਿਸ ਦਾ ਇਹਨਾਂ ਨੂੰ ਸ਼ੌਕ ਸੀ, ਜਿਸ ਦਾ ਗਾਇਕੀ ਨਾਲ ਤਾਂ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਸੀਗਾ। ਪਰ ਗਾਇਕੀ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ, ਇਹ ਕਹਾਣੀ ਇਹਨਾਂ ਗੀਤਾਂ ਤੋਂ ਬਾਅਦ। ਹੁਣ ਪੇਸ਼ ਹੈ ਗੁਰਮੀਤ ਬਾਵਾ ਦੀ ਹੀਰ। ਸੁਣਦੇ ਰਹੋ, ਸਾਡੇ ਨਾਲ ਬਣੇ ਰਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਕਰਨੀ ਰੀਸ ਅਨਾਰਾਂ ਨੇ
ਸਾਡਾ ਇਹ ਐਪੀਸੋਡ ਪਸੰਦ ਆਇਆ, ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਗੁਰਮੀਤ ਜੀ ਨੇ ਆਪਣੇ ਟੀਚਰ ਬਣਨ ਦੇ ਅਰਮਾਨ ਪੂਰੇ ਕਰ ਲਏ ਅਤੇ ਪ੍ਰਾਈਵੇਟ ਜੌਬ 'ਤੇ ਪੜ੍ਹਾਉਣਾ ਵੀ ਸ਼ੁਰੂ ਕੀਤਾ। ਇਸੇ ਦੌਰਾਨ ਉਹਨਾਂ ਦਾ ਵਿਆਹ ਹੋਇਆ ਕਿਰਪਾਲ ਬਾਬਾ ਜੀ ਨਾਲ, ਜੋ ਆਪ ਇੱਕ ਪੰਜਾਬੀ ਫੋਕ ਗਾਇਕ ਸਨ ਅਤੇ ਪ੍ਰੋਫੈਸ਼ਨਲੀ ਇੱਕ ਟੀਚਰ ਸੀਗੇ। ਉਸ ਜ਼ਮਾਨੇ ਵਿੱਚ ਅਤੇ ਅੱਜ ਵੀ ਗਵਰਨਮੈਂਟ ਜੌਬ ਦਾ ਬੜਾ ਮੋਲ ਸੀਗਾ ਅਤੇ ਕੁਝ ਚਿਰ ਪੜ੍ਹਾਉਣ ਤੋਂ ਬਾਅਦ ਬਾਬਾ ਜੀ ਨੂੰ ਗਵਰਨਮੈਂਟ ਜੌਬ 'ਤੇ ਪਰਮਾਨੈਂਟ ਹੋਣ ਦੀ ਚਿੱਠੀ ਆਈ। ਚਿੱਠੀ ਮਿਲਣ 'ਤੇ ਉਹ ਬੜੇ ਖੁਸ਼ ਸੀਗੇ, ਪਰ ਕਿਰਪਾਲ ਜੀ ਨੇ ਉਹ ਚਿੱਠੀ ਫਾੜ ਦਿੱਤੀ। ਕਹਿੰਦੇ, ਟੀਚਿੰਗ ਨਹੀਂ ਕਰਾਉਣੀ ਮੈਂ, ਹੁਣ ਤੂੰ ਗਾਇਕੀ ਕਰਨੀ ਹੈ। ਗੁਰਮੀਤ ਜੀ ਇੰਨੇ ਹੈਰਾਨ ਅਤੇ ਪਰੇਸ਼ਾਨ ਹੋਏ, ਕਿਆ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਕਿ ਤੁਸੀਂ ਗਾਇਕੀ ਕਰਾਓਗੇ ਅਤੇ ਟੀਚਿੰਗ ਲਾਈਨ 'ਚ ਨਹੀਂ ਜਾਣ ਦੇਣਾ? ਇੰਨੇ ਪਰੇਸ਼ਾਨ ਸੀਗੇ ਕਿ ਉਹਨਾਂ ਨੇ ਪਿੰਡ ਜਾ ਕੇ ਆਪਣੇ ਪਿਤਾ ਜੀ ਕੋਲ ਸ਼ਿਕਾਇਤ ਵੀ ਕੀਤੀ। ਪਰ ਉਹਨਾਂ ਨੇ ਵੀ ਇਹੀ ਸਮਝਾਇਆ ਕਿ ਕਿਰਪਾਲ ਨੇ ਸੋਚ ਸਮਝ ਕੇ ਫੈਸਲਾ ਲਿੱਤਾ ਹੋਣਾ। ਇਸ ਤਰ੍ਹਾਂ ਉਹਨਾਂ ਦੇ ਕਰਦਿਆਂ ਦੇ ਬੜਾਵਾ ਦੇਣ 'ਤੇ ਗੁਰਮੀਤ ਜੀ ਨੇ ਗਾਉਣ ਨੂੰ ਇੱਕ ਕਰੀਅਰ ਦੇ ਰੂਪ ਵਿੱਚ ਚੁਣਿਆ ਅਤੇ ਇਸ ਸੁਰੀਲੇ ਸਫ਼ਰ ਦੀ ਸ਼ੁਰੂਆਤ ਹੋਈ 1968 ਵਿੱਚ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਮਿਲਣਾ ਤੇ ਸਿੱਧ ਕੋ ਨਾ ਡੋਲ ਸਸੀਏ, ਕਿਧਰੇ ਥਲਾਂ ਦੇ ਵਿੱਚੋਂ ਬੋਲ ਸਸੀਏ।
ਮਜਬੂਰ ਸੁੱਟਿਆ ਨਜ਼ਰਾਂ ਸ਼ੁਦਾਈ ਲੈ ਕੇ ਫੇਰਾ ਤੈਨੂੰ ਟੋਲਦਾ ਆਸ਼ਿਕਾਂ ਦੀ ਜਿੰਦੜੀ ਨਾ ਰੋਲ ਸਸੀਏ ਕਿੱਧਰੇ ਥਲਾਂ ਦੇ ਵਿੱਚੋਂ ਬੋਲ ਸਸੀਏ ਕੰਬ ਲੈ ਲਾ ਮੁੱਲਣੀ ਕਹਿੰਦਾ ਏ ਨਰਾਲਾ ਤੈਨੂੰ ਮਿਲਾਂਗਾ ਜ਼ਰੂਰ ਮੜੀ ਆਪਣੀ ਬਣਾਊਂ ਤੇਰੇ ਕੋਲ ਸਸੀਏ ਕਿੱਧਰੇ ਥਲਾਂ ਦੇ ਵਿੱਚੋਂ ਬੋਲ ਸਸੀਏ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹਰ ਐਪੀਸੋਡ ਨੂੰ ਤੁਹਾਡੇ ਲਈ ਹੋਰ ਮਨੋਰੰਜਕ ਬਣਾਉਣ ਲਈ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ ਗੁਰਮੀਤ ਬਾਵਾ ਜੀ ਨੂੰ ਗਾਇਕੀ ਅਤੇ ਸੰਗੀਤ ਦਾ ਸ਼ੌਕ ਤਾਂ ਜ਼ਰੂਰ ਸੀ ਸਾਰੇ ਭੈਣ ਭਰਾਵਾਂ ਨੇ ਬਚਪਨ ਵਿੱਚ ਇੱਕ ਟਿੰਡ ਲੈਣੀ ਸੰਗਲੀ ਅਤੇ ਡੱਕਾ ਲੈ ਲੈਣਾ ਅਤੇ ਮਿਲ ਕੇ ਆਪਸ ਵਿੱਚ ਚਾਰ ਭੈਣਾਂ ਅਤੇ ਇੱਕ ਭਰਾ ਨੇ ਸ਼ਗੁਨ ਦੇ ਗੀਤ ਅਤੇ ਭਜਨ ਗਾਉਣੇ ਗਾਉਣਾ ਪਸੰਦ ਤਾਂ ਬਹੁਤ ਸੀ ਪਰ ਕਦੇ ਸੁਪਨੇ ਵਿੱਚ ਵੀ ਪ੍ਰੋਫੈਸ਼ਨਲੀ ਗਾਉਣ ਬਾਰੇ ਸੋਚਿਆ ਨਹੀਂ ਸੀਗਾ ਇਹਨਾਂ ਦੇ ਸਕੂਲ ਵਿੱਚ ਸ਼ਨੀਵਾਰ ਨੂੰ ਬਾਲ ਸਭਾ ਲੱਗਦੀ ਹੁੰਦੀ ਸੀ ਇਹ ਵੀ ਆਪਣੀਆਂ ਲਾਈਨਾਂ ਲਿਖਦੇ ਸੀ ਅਤੇ ਇਹੋ ਜਿਹੀ ਛੋਟੀ ਛੋਟੀ ਪ੍ਰਤੀਯੋਗਤਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ ਮੁੜ ਕੇ ਜਦ ਟੀਚਰ ਬਣੇ ਤਾਂ ਉਦੋਂ ਵੀ ਇੱਕ ਵਾਰ ਇਹਨਾਂ ਨੇ ਪਰਫੋਰਮ ਕੀਤਾ ਤਾਂ ਬੜਾ ਹੀ ਦਿਲਚਸਪ ਵਾਕਿਆ ਹੋਇਆ ਇਹਨਾਂ ਦੀ ਗਾਇਕੀ ਨਾਲ ਜਿਹੜੇ ਬੁਲਾਏ ਹੋਏ ਮੁੱਖ ਮਹਿਮਾਨ ਸੀ ਬੜੇ ਖੁਸ਼ ਹੋਏ ਅਤੇ ਬੁਲਾ ਕੇ ਖਾਸ ਪੁੱਛਿਆ ਕਿ ਤੁਸੀਂ ਸਿੱਖਿਆ ਹੈ ਕਿ ਉਂਝ ਗਾਉਂਦੇ ਹੋ ਇਹਨਾਂ ਨੇ ਦੱਸਿਆ ਕਿ ਸਿੱਖਿਆ ਤਾਂ ਨਹੀਂ ਹੈ
बस उंजी शौक है। ते फिर उन्होंने किसी का जिक्र किया, कहिंदे एक बेदिया का मुंडा है, वह भी टीचर है, ते वह हीर बड़ी सोहनी गाँदा है। ए ना उन्होंने पता सी ना ही इन्हां नूं कि जिस गायक बारे उन्होंने जिक्र किया सी उन्हां नाल ही अगे जा के इन्हां दे व्याह दा संजोग बनेगा। अगला किस्सा इन्हां गीतां तों बाद। तुसी सुन रहे हो वीकेंड क्लासिक रेडियो शो खुशबू दे नाल। पकराने कन्नी मुंदरा जहान दा कोई सानू शौक ना जहान दा कोई सानू शौक ना जहान दा कोई ते पगती जमान रंगया सुंदरा सुंदरानी एवें नहीं पाइया फकराने कन्नी मुंदरा पकराने कन्नी मुंदरा ਮੈਨੂੰ ਉਮੀਦ ਹੈ ਤੁਸੀਂ ਇਹ ਐਪੀਸੋਡ ਇੰਜੋਏ ਕੀਤਾ। ਵੀਕਐਂਡ ਕਲਾਸਿਕ ਰੇਡੀਓ ਸ਼ੋ ਹਰ ਸ਼ੁੱਕਰਵਾਰ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ ਰਿਲੀਜ਼ ਹੁੰਦਾ ਹੈ। ਪਲੀਜ਼ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹਰ ਹਫ਼ਤੇ ਮਿਲ ਸਕੀਏ। ਕੱਚਾ ਸੋਹਣੀਏ ਨੀ ਕੋਈ ਪੇਸ਼ ਨਾ ਜਾਵੇ ਮੇਰੀ ਮੈਨੂੰ ਪਾਰ ਲੰਘਾ ਦੇਵੇ ਮੈਂ ਕੜੀਆ ਓਟ ਟਿਕਾਲੀ ਤੇਰੀ ਮੈਂ ਕੱਚਾ ਸੋਹਣੀਏ ਨੀ ਤੇ ਕੋਈ ਪੇਸ਼ ਨਾ ਜਾਵੇ ਮੇਰੀ ਕੱਚਾ ਸੋਹਣੀਏ ਨੀ ਤੇ ਕੋਈ ਪੇਸ਼ ਨਾ ਜਾਵੇ ਮੇਰੀ ਮੈਨੂੰ ਪਾਰ ਲੰਘਾ ਦੇਵੇ ਮੈਂ ਕੜਿਆ ਓਟ ਟਿਕਾਲੀ ਤੇਰੀ ਰਹਿ ਜਾਣ ਵਿਚਾਲੇ ਨੀ ਉਹ ਕੱਚਿਆਂ ਨਾਲ ਪਰੀ ਤਾਂ ਪਾ ਕੇ ਮੈਂ ਝੂਠ ਨਾ ਬੋਲਾਂ ਨੀ ਸੋਹਣੀਏ ਵੇਖ ਜ਼ਰਾ ਠੁਣਕਾ ਕੇ ਮੀਂਹ ਵਰਦਾ ਦੂਰਾਂ ਤੇ ਬਿਜਲੀ ਕੜਕੇ ਰਾਤ ਹਨੇਰੀ ਮੈਨੂੰ ਪਾਰ ਲੰਘਾ ਦੇਵੇ ਮੈਂ ਕੜਿਆ ਓਟ ਟਿਕਾਲੀ ਮੈਂ ਕੱਚਾ ਸੋਹਣੀਏ ਨੀ ਤੇ ਕੋਈ ਪੇਸ਼ ਨਾ ਜਾਵੇ ਮੇਰੀ ਨਹੀਂ ਮਰਨੂੰ ਡਰ ਦੇਵੇ
देश ना जावे मेरी मैनू पार लंगा दे वे मैं कड़िया ओट टिकाले तेरी मिल दे मुल विक दे नहीं वेतने हुसन जवानी मापे एक रात कहर दिए ते खतरा चार चुफेरे जापे आज मिलना मुश्किल ए ओ बेटी मौत सराने तेरी मैं पार लंगा दे वे मैं कड़िया ओट टिकाले तेरी मैं कच्चा सुनिए नी ते कोई पेश ना जावे मेरी कुदरत ने ओ होना अंत खाक दी तेरी जो करया कुदरत ने ओ होना अंत खाक दी तेरी तुसी सुन रहे हो वीकेंड क्लासिक रेडियो शो खुशबू दे नाल अज आपां गल कर रहे हां उन्हां बारे जिन्हां नूं लम्मी हेक दी राणी दे नाम नाल जानिया जांदा है ते है वी इस उम्र विच वी गुरमीत जी पूरी तरह उसे सुर ते उसे लय नाल गाउंदे ने ते इन्हां दे सुर अज वी ओही जादू पैदा करदे ने 45 सैकेंड लंबी हेक लाणी बहुत वड्डी गल है जो कि ये बड़े आराम नाल लाउंदे ने जो कि अपने आप विच एक कमाल है ते इस हेक नू सुनन लई इन्हां दे स्रोते हमेशा उत्सुक रहिंदे ने 25 तों वध मुल्कां विच इन्हां ने प्रोग्राम कीते ने ते लोक गायकी विच अपना अनमुल्ला योगदान दिता अगे पेश है इन्हां दा गीत उच्ची तेरी कंध मित्रा जिसका संगीत दिता सी चरणजीत अहूजा जी ने तुसी सुन रहे हो वीकेंड क्लासिक रेडियो शो खुशबू दे नाल राते वजे बारा धरती ते लीका मारा कहंदी ए दुनिया सारी यारां दे नाल बहारा फुल कतरे नाल लाई करके करार बलिए जो ना यार दे चुबारे विच आई करके करार बलिए खुले ही बार छड़ के सुता परिवार छड़ के मापिया तो चोरी चोरी अपना घरबार छड़ के रात नू मिले ने जट्ठी आवे मेथू रार नू टपी ना जावे वे उची तेरी कंध मित्रा आन गवांडी मेरे सारे गूड़ी नींदर सुते पर मैं तेरिया करा उड़ीका बैठ बनेरे उते रह गया मैं कलम कला लाया ही रोग अवला आजा हुन बन के दवाई करके करार बलिए क्यों ना यार दे चुबारे विच आई करके करार बलिए तेरे पीछे मैं हानिया जान करी ते रखी लै जा मैनू दूर किते तू बन में दे दी बकी मेरी ना पेश को चल दी सीने ते लाड हमल दी कौन पुट के कले दे नाल लावे वे उच्ची तेरी कंध मित्रा मेथू रात नू टपी ना जावे वे उच्ची तेरी कंध मित्रा चोरी चोरी लाई मोहब्बत नहीं लुकाया लुकदी एक दिन पांबड़ बन जानी जो अग कखावे दुखदी जावे ना प्यार लकोया सारा पिंड वैरी होया आजा चन्नो राम दुहाई करके करार बलिए क्यों ना यार दे चुबारे विच आई करके करार बलिए आँख बुझा के जग तो चोरी किवें हानी आया वा अपन दे मुंडे मल मल मेंदे नित मेरिया रहा ही तोड़ तुरदा नेत्र जान के गले ते मंजा डावे वे
मैं उम्मीद करनी आ तुसी वीकेंड क्लासिक रेडियो शो दे इस एपिसोड नू एंजॉय कर रहे होगे। इस वीडियो नू जरूर लाइक करो ते अपने दोस्तां ते परिवार नाल इस एपिसोड नू शेयर करो। ओ वी ता मजे लैन ते सारे गामा पंजाबी यूट्यूब चैनल नू सब्सक्राइब करना बिल्कुल ना भुलियो। वीकेंड क्लासिक रेडियो शो खुशबू दे नाल लोक गीत लोक मना दे अजिहे जज्बे ते प्रगटावे हन जो दिलां तो निकल के पीढ़ी दर पीढ़ी अगे पहुंचते हन। पंजाबी सभ्याचार ते लोक गायकी दा रिश्ता बड़ा पुराना है। गुरमीत बावा जी दा लोक गायकी वल रुझान ता सी, पर गायकी शुरू करन तो पहला इन्हां ने पूरी तैयारी की। पहला अपने घरों ही अपनी नानी दादी कोल बह के सारे लोक गीत लिखे, फिर पिंड पिंड जाके लोकां नाल जुड़े गीत चुने ते इकट्ठा कीते। जद 300 गीतां दी माला बनी तद जाके इन्हां ने गायकी विच रेडियो ते टीवी ते कदम रख्या। एक गल जड़ी इन्हां दी खास रही ओ ए कि इन्हां ने आम साजा नाल लोक गीत नहीं गाए, सगों अलगोजे नाल मटिया नाल जिन्हां नाल गाउणा बहुत औखा हुंदा है क्योंकि सा फड़ना पैंदा है, वजाउण वाले नूं भी बड़ी मेहनत नाल वजाउणा पैंदा है। इन्हां दा लक्ष्य सीगा लोक गायकी दी सेवा ते ऐसे लई ही इन्हां ने 50 साल तों वी वध लंबे अपने करियर विच लोक गायकी नूं पूरा माण ते महत्व दिता। तुसी सुन रहे हो वीकेंड क्लासिक रेडियो शो खुशबू दे नाल। बड़ा तुस लग हुन ते पता गया है लग वे तेरी पुरली पुरली दा
ਮੈਨੂੰ ਸਮਝ ਰਤਾਨਾ ਪੈਂਦੀ ਹਰ ਦਮ ਉਲਟ ਸੋਚਦੀ ਰਹਿੰਦੀ ਮੈਨੂੰ ਸਮਝ ਰਤਾਨਾ ਪੈਂਦੀ ਹਰ ਦਮ ਉਲਟ ਸੋਚਦੀ ਰਹਿੰਦੀ ਤੈਨੂੰ ਕੌਣ ਸਿਖਾਉਂਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਜਾਣਾ ਪੈਂਦਾ ਜਿੱਥੇ ਰਤਾ ਲਿਹਾਜ਼ ਵੀ ਹੁੰਦਾ ਏ ਭਰਮਾਂ ਦਾ ਨਾ ਕਹਿੰਦੇ ਕਿਤੇ ਇਲਾਜ ਹੀ ਹੁੰਦਾ ਏ ਉਹ ਛੱਡ ਕੇ ਮੂਰਤ ਵਰਗੀ ਨਾਰ ਤੱਕੇ ਗਾਂਦਾ ਫਿਰਾਂ ਮੈਂ ਬਾਰ ਨਾ ਮੇਰਾ ਮਨ ਹੀ ਚਾਹੁੰਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਸੋਚੂਗੀ ਸੁਣ ਲਊਗੀ ਜੇ ਨੈਣ ਵਿਚਾਰੀ ਨੀ ਨਾਈਆਂ ਦੇ ਮੁੰਡੇ ਨਾਲ ਮੇਰੀ ਮੁੱਢ ਤੋਂ ਯਾਰੀ ਨੀ ਉਹ ਬਿੱਲੋ ਵਹਿਮ ਮੁਕਾ ਦੇ ਸਾਰਾ ਤੇਰਾ ਜਸ ਨਹੀਂ ਹੈ ਮਾੜਾ ਹਰ ਕੋਈ ਆਪ ਲਾਉਂਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਦੱਸੋ ਮੈਨੂੰ ਕਿਹੜਾ ਜਿਹੜਾ ਲੂਤੀਆਂ ਲਾਉਂਦਾ ਏ ਕਹਿੰਦੇ ਜੱਟ ਸ਼ਕੀਰ ਬੜਾ ਬਗਾਨੀ ਕੁਰਲੀ ਦਾ ਸਾਡਾ ਇਹ ਐਪੀਸੋਡ ਪਸੰਦ ਆਇਆ ਇਸ ਵੀਡੀਓ ਨੂੰ ਆਫਲਾਈਨ ਸੇਵ ਕਰੋ ਤੇ ਵੇਖੋ ਕਦੇ ਵੀ ਕਿਤੇ ਵੀ ਪ੍ਰੀਤ ਜਿਦਾ ਰੁੱਸ ਜਾਏ ਮੀਤ ਉਹਦਾ ਇਹਦੇ ਬਿਨਾਂ ਦੱਸ ਹੋਰ ਕਿਹੜਾ ਵੇ ਸਹਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਪ੍ਰੀਤ ਤੇਰੇ ਆਸ਼ਿਕਾਂ ਦੀ ਰੀਤ ਪੌੜ ਲਾ ਗਿਆ ਉਡਾਰੀ ਲੁੱਟ ਗਲੀ ਤੋਂ ਨਜ਼ਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਮੇਰਾ ਟੈ ਪਿਆ ਕਾਸ਼ੂ ਪਾਇਆ ਆਸਾਂ ਦਾ ਚਵਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਸਾਡੀ ਗੱਲ ਕੇ ਜਵਾਨੀ ਮੈਂ ਤਾਂ ਮਲ ਬੈਠੀ ਜਾ ਕੇ ਪਾਵੇ ਜੱਟ ਦਾ ਦੁਆਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ ਠੇਕੇਦਾਰਾ ਮੈਨੂੰ ਸੌਂਵੇ ਦੀ ਦੇ ਦੇ ਵੇ ਸ਼ਰਾਬ
ਗੁਰਮੀਤ ਜੀ ਨੇ ਆਪਣੇ ਵਿਰਸੇ ਨੂੰ ਆਪਣੀ ਕਲਾ ਨਾਲ ਤਾਂ ਬਖੂਬੀ ਸਿੰਚਿਆ ਤੇ ਅੱਗੇ ਇਹਨਾਂ ਦੀਆਂ ਦੋ ਧੀਆਂ ਲਾਚੀ ਬਾਵਾ ਤੇ ਗਲੌਰੀ ਬਾਵਾ ਜੀ ਨੇ ਵੀ ਐਸੇ ਖੇਤਰ ਨੂੰ ਆਪਣਾ ਲਕਸ਼ ਬਣਾਇਆ ਹੈ। ਦੋਵਾਂ ਨੇ ਹੀ ਸੰਗੀਤ ਦੀ ਸਿੱਖਿਆ ਲਈ MA MPhil ਕੀਤਾ ਤੇ ਲੋਕ ਗਾਇਕੀ ਨੂੰ ਹੀ ਨਾਲ ਲੈ ਕੇ ਅੱਗੇ ਵਧ ਰਹੇ ਹਨ। ਅਗਲੀ ਪੀੜ੍ਹੀ ਵੀ ਇਸ ਖੇਤਰ ਨੂੰ ਲੈ ਕੇ ਅੱਗੇ ਵਧੇ, ਐਸੇ ਲਈ ਮਿਊਜ਼ਿਕ ਅਕੈਡਮੀ ਵਿੱਚ ਵੀ ਸਿਖਾਉਂਦੇ ਹਨ। ਇਸ ਤਰ੍ਹਾਂ ਦਾ ਅਣਮੁੱਲਾ ਯੋਗਦਾਨ ਤੇ ਕਲਾ ਦਾ ਪਰਚਮ ਜੋ ਇਹਨਾਂ ਨੇ ਲਹਿਰਾਇਆ, ਉਸ ਨੂੰ ਜਿੰਨਾ ਸਰਾਹਿਆ ਜਾਏ ਓਨਾ ਹੀ ਘੱਟ ਹੈ। ਅਸੀਂ ਆਸ ਕਰਨੇ ਹਾਂ ਕਿ ਸਦਾ ਹੀ ਇਹਨਾਂ ਦੇ ਸੁਰਾਂ ਨਾਲ ਸਾਡਾ ਜੀਵਨ ਮਹਿਕਦਾ ਰਹੇ। ਅੱਜ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੀ ਗੀਤ ਸੰਗੀਤ ਦੀ ਦੁਨੀਆ ਦੇ ਕਿਸੇ ਹੋਰ ਕਲਾਕਾਰ ਨਾਲ ਰੂਬਰੂ ਕਰਾਉਣ। ਤੁਸੀਂ ਸੁਣ ਰਹੇ ਹੋ ਵੀਕਐਂਡ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ, ਸਾਰੇ ਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ। ਸਰਦਾਰ ਸੁੱਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ, ਜਥੇਦਾਰ ਬੁੱਢਾ ਸਿੰਘ ਦਾ ਹੁਕਮ ਮੰਨ ਕੇ ਮੱਸੇ ਰੰਗੜ ਦਾ ਸਿਰ ਕੱਟਣ ਆਉਂਦੇ ਹਨ। ਹਰਿਮੰਦਰ ਸਾਹਿਬ ਵਿੱਚ ਆ ਕੇ ਸੂਰਮਿਆਂ ਨੇ ਕਿਵੇਂ ਬਦਲਾ ਲਿਆ, ਹਾਂ ਪਈ ਤਰਸੇ ਮੱਟੀਆਂ ਵਾਲਿਆ ਕਿਵੇਂ ਕਿਹਾ ਏ। ਜਵਾਨ ਦੋਵੇਂ ਗੱਭਰੂ ਵੇਖ ਕੇ ਪਠਾਨ ਡਰ ਗਏ, ਮੁੱਛਾਂ ਕੁੰਡੀਆਂ ਮੁੱਛਾਂ ਕੁੰਡੀਆਂ ਗੁੱਸੇ ਦੀ ਲਾਲ ਤੇ ਅੱਗ ਵਾਂਗੂ ਜਾਵੇ ਸੜਦੀ ਓ ਜਦੋਂ ਖਾਲਸੇ, ਜਦੋਂ ਖਾਲਸੇ ਜਕਾਰਾ ਛੱਡਿਆ ਉਹ ਨਾਗਣੀ ਪਰਾਟੇ ਮਾਰਦੀ ਚੱਟ ਖਿੱਚੀਆਂ, ਉਹ ਚੱਟ ਖਿੱਚੀਆਂ ਮੀਆਂ ਨੂੰ ਤਲਵਾਰਾਂ ਤੇ ਗੁੱਸੇ ਵਿੱਚ ਕਹਿੰਦੇ ਬੋਲ ਕੇ ਤੈਨੂੰ ਰੰਗੜਾ, ਉਹ ਤੈਨੂੰ ਰੰਗੜਾ ਸ਼ਰਮ ਨਾ ਆਵੇ ਖਾਂਦੇ ਤੂੰ ਗੁਰੂ ਘਰ ਵਿੱਚ ਖਾਵੇਂ ਮਾਸੇ, ਖਾਵੇਂ ਮਾਸੇ ਸ਼ਰਾਬਾ ਬਹਿ ਕੇ ਪੀਂਦਾ ਤੇ ਜਿੱਥੇ ਗੁਰੂ ਰਾਮਦਾਸ ਨੇ ਉਹ ਹੱਥੀ ਆਪਣੀ ਹੱਥੀ ਆਪਣੀ ਸਰੋਵਰ ਬਣਾਇਆ, ਉਹ ਪੂਰੀ ਜਾਂਦਾ ਮਿੱਟੀ ਸੁੱਟ ਕੇ ਜਿੱਥੇ ਹੋਇਆ ਸੀ, ਉਹ ਜਿੱਥੇ ਹੋਇਆ ਸੀ ਵਜ਼ੀਰ ਖਾਂ ਰਾਜ ਤੇ ਪਿੰਗਲੇ ਦਾ ਕੋੜ ਹੱਟਿਆ, ਉਹ ਜਿੱਥੇ ਕਾਵਾਂ ਤੋਂ ਜਿੱਥੇ ਕਾਵਾਂ ਤੋਂ ਹੰਸ ਬਣ ਜਾਂਦੇ ਤੂੰ ਚਾਹੁੰਦਾ ਨਾਚਿਆ, ਜਿੱਥੇ ਪੜੀ ਸੀ ਜਿੱਥੇ ਪੜੀ ਸੀ ਗੁਰਾਂ ਨੇ ਮਾਣੀ ਤੇ ਉੱਥੇ ਬਹਿ ਕੇ ਖੋਤੀ ਚੁੰਮਦਾ ਉਹ ਜਿਹੜੀ ਬੇਰ ਨੇ, ਜਿਹੜੀ ਬੇਰ ਨੇ ਕੁੱਖਾਂ ਨੂੰ ਭਾਗ ਲਾਏ, ਤੂੰ ਉਹਦੇ ਨਾਲ ਕੋੜੇ ਬਣ ਗਏ ਤੈਨੂੰ ਰੱਬ ਨੇ, ਤੈਨੂੰ ਰੱਬ ਨੇ ਮੁਆਫ ਵੀ ਨਹੀਂ ਕਰਨਾ ਤੇ ਜ਼ਾਲਮ ਹਰਾਮ ਖੋਰੀਆ ਉਹ ਤੇਰੀ ਮੌਤ ਦਾ, ਤੇਰੀ ਮੌਤ ਦਾ ਲਿਆਏ ਪਰਵਾਨਾ ਨਾਲ ਲੈ ਲੈ ਲੜ ਕੇ ਕਦੇ ਵੈਰੀ ਨੂੰ, ਕਦੇ ਵੈਰੀ ਨੂੰ ਵਸਾ ਕੇ ਨਹੀਂ ਉਹ ਮਾਰਦੇ ਉਹ ਸਿੰਘ ਤੇ ਸੁਮੇਸ਼ ਗੁਰੂ ਦੇ, ਹੋ ਜਾ ਤਕੜਾ ਹੋ ਜਾ ਤਕੜਾ ਬਲਾ ਲੈ ਫੌਜ ਆਪਣੀ, ਓਏ ਅਸੀਂ ਤੇਰਾ ਸਿਰ ਵੱਢਣਾ ਸਾਨੂੰ ਜ਼ਿੰਦਗੀ, ਸਾਨੂੰ ਜ਼ਿੰਦਗੀ ਤੋਂ ਧਰਮ ਪਿਆਰਾ ਤੇ ਜਿਉਂਦਾ ਤੈਨੂੰ ਨਹੀਂ ਉਹ ਛੱਡਣਾ, ਉਹ ਸਿਰ ਕੱਟ ਕੇ ਸਿਰ ਕੱਟ ਕੇ ਵਿਖਾਉਣਾ ਤੇਰਾ ਪਾਪੀਆ, ਉਹ ਜਥੇਦਾਰ ਬੁੱਢਾ ਸਿੰਘ ਨੂੰ ਤੇਗ ਖਿੱਚ ਕੇ, ਉਹ ਤੇਗ ਖਿੱਚ ਕੇ ਮਹਿਤਾਬ ਸੁਣੀ ਮਾਰੀ ਤੇ ਧੌਣ ਦਾ ਨਿਸ਼ਾਨਾ ਕਰਕੇ ਉਹ ਸਿਰ ਡਿੱਗਿਆ, ਸਿਰ ਡਿੱਗਿਆ ਪੈਰਾਂ ਦੇ ਵਿੱਚ ਆ ਕੇ ਉਹ ਮੱਛੀ ਵਾਂਗ ਤੜ ਤੜ ਕੇ ਗਾਜ਼ੀ ਭੱਜ ਗਏ, ਗਾਜ਼ੀ ਭੱਜ ਗਏ ਸਮਾਨ ਸਾਰਾ ਛੱਡ ਗਏ ਤੇ ਸ਼ੇਰਾਂ ਵਾਂਗੂ ਸਿੰਘ ਬੁੱਕ ਗਏ, ਉਹ ਸਿਰ ਚੱਕ ਕੇ ਤੇਰੀ ਚੱਕ ਕੇ ਮੱਸੇ ਦਾ ਸਿੰਘ ਸੂਰਮੇ ਉਹ ਘੋੜਿਆਂ ਦੇ ਉੱਤੇ ਚੜ ਗਏ ਅੱਡੀ ਲਾ ਕੇ, ਓਏ ਅੱਡੀ ਲਾ ਕੇ ਭਜਾ ਲੈ ਘੋੜੇ ਤੇ ਬੀਕਾਨੇ ਜਾ ਕੇ ਵੜ ਗਏ, ਉਹ ਸਿਰ ਰੱਖਿਆ ਸਿਰ ਰੱਖਿਆ ਬੁੱਢਾ ਸਿੰਘ ਮੂਰੇ, ਉਹ ਸੀਨੇ ਵਿੱਚ ਠੰਡ ਪੈ ਗਈ ਕਹਿੰਦੇ ਧੰਨ ਪਈ, ਉਹ ਕਹਿੰਦੇ ਧੰਨ ਪਈ ਤੁਹਾਡੀਆਂ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ, ਗੱਲਾਂ ਲਿਖਦਾ ਗੁਰਾਇਆਂ ਵਾਲਾ ਸੱਚੀਆਂ, ਉਹ ਵੈਰੀਆਂ ਦੇ ਪਾਏ ਪੂਰ ਨੇ ਭੁੱਲਣਾ ਭੁੱਲਣਾ, ਉਹ ਖਾਲਸੇ ਦਾ ਝੰਡਾ ਜਗ ਤੇ ਸਦਾ ਝੁਲਣਾ। ਮੈਨੂੰ ਬਹੁਤ ਮਜ਼ਾ ਆਉਂਦਾ ਹੈ ਜਦ ਤੁਸੀਂ ਵੀ ਸਾਨੂੰ ਕੁਝ ਕਹਿੰਦੇ ਹੋ, ਆਪਣਾ ਅਨਮੋਲ ਫੀਡਬੈਕ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਥੱਲੇ ਵਾਲੇ ਸੈਕਸ਼ਨ ਵਿੱਚ ਕਮੈਂਟ ਕਰੋ
ते असी जरूर कोशिश करांगे हर एपिसोड नू तुहाडे लई होर मनोरंजक बनान लई। ओ तेरे महलां दे विच राती शेर खां आई, ओ तेरे महलां दे विच राती शेर खां आई, ओ किरणमई तूं केड़े दुखों यार हंडायाई, ओ किरणमई तूं केड़े दुखों यार हंडायाई। ओ मैं कहंदा सी तेरे वर्गी सच्ची नहीं कोई नारी, तेरा धर्म कदे ना टुटू बदलू दुनिया सारी, ओ परी सभा विच अज तू मेरा मान गवाया ई। ओ किरणमई तू केड़े दुखों यार हंडाया ई, ओ किरणमई तू केड़े दुखों यार हंडाया ई। ओ सोने दी तलवार निशानी जादू आन दिखाई, किवें लिया जा फिर किधरों इन्हे है बनवाई, ओ फिर भी मैनू शेर खान का सच न आया ई। ओ किरणमई तू केड़े दुखों यार हंडाया ई, ओ किरणमई तू केड़े दुखों यार हंडाया ई। ओ खब्बे हाथ दिया छे उंगलां दसी जदों निशानी, लड़ गया मेरे नाग दमूहा हिक चवजी कानी, ओ तैनू सच्ची जान मैं फिर भी मन समझाया ई। ओ किरणमई तू केड़े दुखों यार हंडाया ई, ओ किरणमई तू केड़े दुखों यार हंडाया ई। ओ सज्जे पाटे दाग लसंदा पेश निशानी करती, फिर ता नूर ते पैरां हेठों खिसकन लगी धरती, ओ फिरती सिंह नूं हुकम सदाए मौत सनाया ई। ओ किरणमई तूं केड़े दुखों यार हंडाया ई, ओ किरणमई तूं केड़े दुखों यार हंडाया ई, ओ किरणमई तूं केड़े दुखों यार हंडाया ई। मैनूं उम्मीद है तुसीं इह एपिसोड इंजॉय कीता। वीकेंड क्लासिक रेडियो शो हर शुक्रवार सारे गामा पंजाबी यूट्यूब चैनल ते रिलीज हुंदा है। प्लीज सब्सक्राइब करो तां जो असी हर हफ्ते मिल सकिए। हो गई।